Vaheguru Ji Ka Khalsa, Vaheguru Ji Ki Fateh, Namaste, Assalamualaikum, greetings of the day. Welcome back to your own YouTube channel, Professor K. Pushpinder Singh, a tutor who learns. ਵਿਦਿਆਰਥੀ ਸਾਥੀਓ ਵੀਰੋ ਤੇ ਭੈਣੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਰ ਵਾਰ-ਵਾਰ ਪੁੱਛ ਰਹੇ ਸੀ ਕਿ ਫੋਨ ਮੈਨੂੰ ਬਹੁਤ ਆਉਂਦੇ ਨੇ ਉਹ ਮੈਂ ਕਹਿ ਦਵਾਂ ਇੱਕ ਵਾਰੀ ਕਿ ਫੋਨ ਪਲੀਜ਼ ਫੋਨ ਕਰਨ 'ਚ ਸੰਕੋਚ ਕਰਿਆ ਕਰੋ ਤੁਸੀਂ ਵਟਸਐਪ 'ਤੇ ਆਪਣਾ ਵੋਇਸ ਨੋਟ ਛੱਡ ਸਕਦੇ ਹੋ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰੋ ਸਾਨੂੰ ਉੱਥੇ ਤੁਸੀਂ ਆਪਣਾ ਵੋਇਸ ਨੋਟ ਛੱਡ ਸਕਦੇ ਹੋ ਅੱਜ ਦੀ ਜਿਹੜੀ ਵੀਡੀਓ ਹੈ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਡਰੱਗ ਅਬਿਊਜ਼ ਦਾ ਪੇਪਰ ਜਿਹੜਾ ਡਰੱਗ ਅਬਿਊਜ਼ ਦਾ ਪੇਪਰ ਉਹਦੇ ਬਾਰੇ ਬਹੁਤ ਕਨਫਿਊਜ਼ਨ ਸੀ ਕਿ ਕਦੋਂ ਹੋਊਗਾ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਰੋਲ ਨੰਬਰ ਇਹਦੇ ਲਈ ਵੱਖ ਕੱਢਣਾ ਆ ਜਾਂ ਨਹੀਂ ਕੱਢਣਾ ਉਹ ਵੀ ਤੁਹਾਨੂੰ ਦੱਸਾਂਗੇ ਔਨਲਾਈਨ ਹੋਊਗਾ ਕਿ ਔਫਲਾਈਨ ਹੋਊਗਾ ਉਹਦੇ ਬਾਰੇ ਵੀ ਤੁਹਾਨੂੰ ਇਹਦੇ ਵਿੱਚ ਜਾਣਕਾਰੀ ਦੇਵਾਂਗੇ ਇਸ ਵੀਡੀਓ 'ਚ ਇਸ ਲਈ ਇਹ ਵੀਡੀਓ ਜਿਹੜੀ ਆ ਬਿਨਾਂ ਸਕਿੱਪ ਕੀਤੇ ਤੁਸੀਂ ਦੇਖਣੀ ਹੈ ਧਿਆਨ ਨਾਲ ਦੇਖਣੀ ਔਰ ਵੀਡੀਓ ਨੂੰ ਵਟਸਐਪ ਰਾਹੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਤੁਸੀਂ ਕੀ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਦਾ ਆਈਕਨ ਦਬਾਓ ਲਾਈਕ ਕਮੈਂਟ ਤੇ ਸ਼ੇਅਰ ਕਰੋ ਹਾਂਜੀ ਤੇ ਸ਼ੁਰੂ ਕਰਦੇ ਹਾਂ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਨੋਟਿਸ ਇਹ ਵੀਡੀਓ ਮੈਂ ਪਹਿਲਾਂ ਵੀ ਬਣਾ ਸਕਦਾ ਸੀ ਪਰ ਨੋਟਿਸ ਦੀ ਉਡੀਕ ਕਰ ਰਿਹਾ ਸੀਗਾ ਕਿਉਂਕਿ ਕਾਫੀ ਜਿਹੜੇ ਆਪਣੇ ਆਲੋਚਕ ਨੇ ਉਹ ਕਹਿੰਦੇ ਹੁੰਦੇ ਆ ਕਿ ਆਪਣੇ ਵੱਲੋਂ ਮਾਰੀ ਜਾਂਦਾ ਨੋਟਿਸ ਦਿਖਾਉਂਦਾ ਨਹੀਂ ਹੈਗਾ ਤਾਂ ਇਹ ਲੀਗਲ ਨੋਟਿਸ ਆ ਹੀ ਦੇਖ ਲਓ ਅਫੀਸ਼ੀਅਲ ਨੋਟਿਸ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 3146 ਨੰਬਰ ਆ 29 ਜੂਨ ਨੂੰ ਜਿਹੜਾ ਇਹ ਨੋਟਿਸ ਤਿਆਰ ਹੋਇਆ ਸੀਗਾ ਇਹਦੇ ਵਿੱਚ ਇਹ ਕਹਿੰਦੇ ਕਿ ਸੈਸ਼ਨ ਮਈ 2021 ਦੀਆਂ ਅੰਡਰ ਗ੍ਰੈਜੂਏਟ ਦੇ ਸਾਰੇ ਕੋਰਸਾਂ ਦੇ ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ 1 ਜੁਲਾਈ 2021 ਤੋਂ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ ਇਹਨਾਂ ਪ੍ਰੀਖਿਆਵਾਂ ਸੰਬੰਧੀ ਡੇਟ ਸ਼ੀਟਾਂ ਵਿੱਚ ਡਰੱਗ ਅਬਿਊਜ਼ ਦਾ ਪੇਪਰ ਨਹੀਂ ਦਰਸਾਇਆ ਗਿਆ ਪਰ ਸਾਰਿਆਂ ਨੂੰ ਪਤਾ ਵਿਦਿਆਰਥੀ ਸਾਥੀ ਕਹਿ ਰਹੇ ਸੀਗੇ ਕਿ ਜੀ ਡਰੱਗ ਅਬਿਊਜ਼ ਦਾ ਪੇਪਰ ਜਿਹੜਾ ਆ ਉਹ ਹੈ ਹੀ ਨਹੀਂ ਇਹਦੇ ਵਿੱਚ ਅਤੇ ਅਸੀਂ ਹੁਣ ਕਰੀਏ ਕਿ ਸਾਡਾ ਪੇਪਰ ਕਦੋਂ ਹੋਣਾ ਆ ਅਤੇ ਅੱਗੇ ਦੇਖੀਏ ਤਾਂ ਉਹ ਕਹਿੰਦੇ ਇਹਨਾਂ ਪ੍ਰੀਖਿਆਵਾਂ ਦੌਰਾਨ ਸਾਰੇ ਕੋਰਸਾਂ ਲਈ ਡਰੱਗ ਅਬਿਊਜ਼ ਦਾ ਪੇਪਰ ਜਿਹੜਾ ਆ ਉਹ ਕਾਮਨ ਹੈ ਹਨਾ ਚਾਹੇ ਰੀਅਪੀਅਰ ਵਾਲਾ ਚਾਹੇ ਤੁਹਾਡਾ ਸਪੈਸ਼ਲ ਚਾਂਸ ਦਾ ਚਾਹੇ ਗੋਲਡਨ ਚਾਂਸ ਦਾ ਚਾਹੇ ਤੁਸੀਂ ਡਿਸਟੈਂਸ ਵਾਲੇ ਹੋ ਚਾਹੇ ਰੈਗੂਲਰ ਹੋ ਇਹ ਪੇਪਰ ਇੱਕ ਹੀ ਦਿਨ ਕਰਵਾਇਆ ਜਾਵੇਗਾ ਇਹ ਪੇਪਰ ਜਿਹੜਾ ਇੱਕ ਹੀ ਦਿਨ ਕਰਵਾਇਆ ਜਾਵੇਗਾ ਇਹ ਪੇਪਰ ਮਿਤੀ 11 ਜੁਲਾਈ ਨੂੰ ਕਰਵਾਉਣ ਦੀ ਤਜਵੀਜ਼ ਹੈ 11 ਜੁਲਾਈ ਨੂੰ ਕਰਵਾਉਣ ਦੀ ਤਜਵੀਜ਼ ਹੈ ਇਸ ਸੰਬੰਧੀ ਸਮੇਂ ਸਮੇਂ ਯੂਨੀਵਰਸਿਟੀ ਦੀ ਵੈਬਸਾਈਟ ਜਿਹੜੀ ਚੈੱਕ ਕਰਦੇ ਰਹੋ ਜਿਹੜੀ ਡੇਟ ਸ਼ੀਟ ਤੁਹਾਡੀ ਆਊਗੀ ਡੇਟ ਸ਼ੀਟ ਵਾਲੀ ਵੈਬਸਾਈਟ ਤੁਹਾਨੂੰ ਦੱਸਿਆ ਹੋਇਆ ਉਹ ਵੈਬਸਾਈਟ ਤੁਸੀਂ ਚੈੱਕ ਕਰਦੇ ਰਹਿਣਾ 11 ਜੁਲਾਈ ਨੂੰ ਉਹਨਾਂ ਨੇ ਟੈਂਟੇਟਿਵ ਕਿਹਾ ਤਾਂ ਵੀ 11 ਜੁਲਾਈ ਨੂੰ ਅਸੀਂ ਪੇਪਰ ਲੈਣਾ ਆ ਠੀਕ ਹੈ ਜੀ ਅੱਜ 3 ਜੁਲਾਈ ਹੋਈ ਆ 11 ਜੁਲਾਈ ਨੂੰ ਪੇਪਰ ਹੋਣਾ ਅਤੇ ਪੇਪਰ ਹੋਣਾ ਜੀ ਔਨਲਾਈਨ ਹਾਂਜੀ ਇਹ ਪੇਪਰ ਹੋਣਾ ਜੀ ਔਨਲਾਈਨ ਪੇਪਰ ਹੋਣਾ ਆ ਅਤੇ ਇਹ ਰੀਅਪੀਅਰ ਪ੍ਰਾਈਵੇਟ ਰੈਗੂਲਰ ਡਿਸਟੈਂਸ ਔਰ ਜਿਹੜੇ ਆਪਣੇ ਸਪੈਸ਼ਲ ਚਾਂਸ ਵਾਲੇ ਜਾਂ ਗੋਲਡਨ ਚਾਂਸ ਵਾਲੇ ਨੇ ਉਹਨਾਂ ਦਾ ਸੇਮ ਇਸੇ ਦਿਨ ਨੂੰ ਹੀ ਹੋਣਾ ਠੀਕ ਹੈ ਜੀ ਚਾਹੇ ਤੁਸੀਂ 40,000 ਵਾਲਾ ਭਰਿਆ ਸੀਗੇ ਫੀਸ ਚਾਹੇ 20,000 ਵਾਲੀ ਚਾਹੇ 5,000 ਵਾਲੀ ਚਾਹੇ 2,000 ਵਾਲੀ ਫੀਸ ਜਿਹੜੀ ਭਰੀ ਸੀਗੀ ਤੁਹਾਡਾ ਪੇਪਰ ਜਿਹੜਾ 11 ਜੁਲਾਈ ਨੂੰ ਕਰਵਾਉਣ ਦੀ ਤਜਵੀਜ਼ ਹੈ ਭਾਵ ਟੈਂਟੇਟਿਵ ਡੇਟ ਆ ਅਤੇ 11 ਜੁਲਾਈ ਨੂੰ ਹੀ ਪੇਪਰ ਹੋਣਾ ਆ ਵੀਡੀਓ ਜਿਹੜੀ ਆ ਤੁਸੀਂ ਵਟਸਐਪ ਰਾਹੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਜਿਹੜਾ ਚੈਨਲ ਨੂੰ ਕਰ ਲਓ ਤੁਸੀਂ ਜੀ ਸਬਸਕ੍ਰਾਈਬ ਅਤੇ ਬੈੱਲ ਦੀ ਘੰਟੀ ਹੁੰਦੀ ਹੈ ਇੱਕ ਬੈੱਲ ਦੀ ਘੰਟੀ ਜ਼ਰੂਰ ਦਬਾ ਦਿਓ ਬੈੱਲ ਦੀ ਘੰਟੀ ਦਬਾਉਣ ਨਾਲ ਕੀ ਹੋਊਗਾ ਤੁਹਾਨੂੰ ਨੋਟੀਫਿਕੇਸ਼ਨਸ ਮਿਲਦੀਆਂ ਰਹਿਣਗੀਆਂ ਕਿ ਨਵੀਂ ਵੀਡੀਓ ਆ ਗਈ ਅਤੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਇੰਗਲਿਸ਼ ਦੇ ਵਿੱਚ ਇੰਸਟਾਗ੍ਰਾਮ ਦੇ ਉੱਤੇ ਸਾਨੂੰ ਜ਼ਰੂਰ ਫੋਲੋ ਕਰ ਲਿਓ ਚੜ੍ਹਦੀ ਕਲਾ 'ਚ ਰਹੋ ਇੱਕ ਛੋਟੀ ਜਿਹੀ ਜ਼ਿੰਦਗੀ ਮਿਲੀ ਆਪਾਂ ਨੂੰ ਹੱਸ ਖੇਡ ਕੇ ਇੱਕ ਦੂਜੇ ਦੀ ਸਪੋਰਟ ਕਰਕੇ ਗੁਜ਼ਾਰੀਏ ਇੱਕ ਦੂਜੇ ਦੀ ਬਾਂਹ ਫੜੀਏ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਜੇ ਤੁਹਾਨੂੰ ਕਮੈਂਟ ਦੇ ਵਿੱਚ ਆਏ ਹੋਏ ਕਿਸੇ ਵੀ ਸਵਾਲ ਦਾ ਜਵਾਬ ਪਤਾ ਹੁੰਦਾ ਤਾਂ ਇੱਕ ਦੂਜੇ ਦੇ ਸਵਾਲਾਂ ਦਾ ਜਵਾਬ ਤੁਸੀਂ ਆਪ ਦੇ ਦਿਆ ਕਰੋ ਉਹਦੇ ਨਾਲ ਸਾਡੀ ਬਹੁਤ ਮਦਦ ਹੋ ਜਾਂਦੀ ਆ ਇੱਕ ਵਾਰੀ ਫਿਰ ਤੁਹਾਨੂੰ ਕਹੂੰਗਾ ਚੈਨਲ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਆਈਡੀ ਸਾਡੀ ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ ਆ ਉਹਦੇ ਉੱਤੇ ਸਾਨੂੰ ਫੋਲੋ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ So bright, it's hard to breathe, but that's alright.